ਪਿਆਰੇ ਵਿਦਿਆਰਥੀਓ, ਅੱਜ ਅਸੀਂ ਤੁਹਾਨੂੰ ਅੰਮ੍ਰਿਤਾ ਪ੍ਰੀਤਮ ਜੀ ਵੱਲੋਂ ਲਿਖੀ ਗਈ ਬਹੁਤ ਹੀ ਮਕਬੂਲ ਹੋਈ ਕਵਿਤਾ ਵਾਰਿਸ ਸ਼ਾਹ 'ਤੇ ਵਿਚਾਰ ਚਰਚਾ ਕਰਾਂਗੇ। ਔਰ ਇਹ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਕੁਝ ਤਸਵੀਰਾਂ ਅੰਮ੍ਰਿਤਾ ਪ੍ਰੀਤਮ ਜੀ ਦੀਆਂ ਅਸੀਂ ਤੁਹਾਡੇ ਸਾਹਮਣੇ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਦੇ ਵਿੱਚ ਇੱਕ ਜਵਾਨੀ ਵੇਲੇ ਦੀ ਤਸਵੀਰ ਹੈ, ਇੱਕ ਬਜ਼ੁਰਗ ਅਵਸਥਾ ਵੇਲੇ ਦੀ ਉਹਨਾਂ ਦੀ ਤਸਵੀਰ ਹੈ, ਔਰ ਚਿਹਰੇ ਦੇ ਵਿੱਚ ਗੰਭੀਰਤਾ ਵੀ ਹੈ, ਖੁਸ਼ੀ ਵੀ ਹੈ, ਖੇੜਾ ਵੀ ਹੈ। ਔਰ ਅੰਮ੍ਰਿਤਾ ਪ੍ਰੀਤਮ ਜੀ ਦੀ ਇਹ ਖਾਸੀਅਤ ਰਹੀ ਹੈ ਕਿ ਪੰਜਾਬੀ ਵਿਸ਼ਵ ਦੇ ਵਿੱਚ ਇਹਨਾਂ ਨੇ ਜਿਹੜਾ ਇੱਕ ਕਵਿਤਰੀ ਵਜੋਂ ਨਾਂ ਕਮਾਇਆ, ਸ਼ਾਇਦ ਉਹ ਘੱਟ ਲੋਕਾਂ ਦੇ, ਘੱਟ ਹਸਤੀਆਂ ਦੇ ਨਸੀਬਾਂ ਵਿੱਚ ਹੁੰਦਾ। ਸੋ ਇਹਨਾਂ ਦੇ ਜੀਵਨ ਬਾਰੇ ਸੰਖੇਪ 'ਚ ਅਸੀਂ ਜਾਣਨਾ ਚਾਹਾਂਗੇ। ਇਹਨਾਂ ਦਾ ਜਨਮ 31 ਅਗਸਤ 1919 ਈਸਵੀ ਨੂੰ ਗੁਜਰਾਂਵਾਲਾ ਪਾਕਿਸਤਾਨ ਵਿੱਚ ਹੋਇਆ। 31 ਅਕਤੂਬਰ 2005 ਨੂੰ 86 ਸਾਲਾਂ ਦੀ ਉਮਰ ਦੇ ਵਿੱਚ ਇਹ ਸਦੀਵੀ ਵਿਛੋੜਾ ਦੇ ਕੇ ਗਏ ਨੇ। ਇਹਨਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਕਰਤਾਰ ਸਿੰਘ ਹਿਤਕਾਰੀ ਸੀ, ਔਰ ਆਪ ਜੀ ਦੇ ਪਿਤਾ ਇੱਕ ਉੱਘੇ ਛੰਦ ਸ਼ਾਸਤਰੀ ਸਨ, ਔਰ ਕਵਿਤਾ ਦੀ ਗੁੜਤੀ ਅੰਮ੍ਰਿਤਾ ਪ੍ਰੀਤਮ ਜੀ ਨੂੰ ਆਪਣੇ ਪਿਤਾ ਜੀ ਕੋਲੋਂ ਹੀ, ਘਰ ਵਿੱਚੋਂ ਹੀ ਮਿਲੀ। ਇਹਨਾਂ ਦੀ ਮਾਤਾ ਜੀ ਦਾ ਨਾਂ ਸ਼੍ਰੀਮਤੀ ਰਾਜ ਬੀਬੀ ਸੀ। ਯੋਗਤਾ 10ਵੀਂ ਜਮਾਤ ਪਾਸ ਕੀਤੀ ਹੈ, ਗਿਆਨੀ ਪਾਸ ਕੀਤੀ ਹੈ, ਔਰ ਡੀ ਲਿਟ ਦੀ ਡਿਗਰੀ, ਡਾਕਟਰ ਆਫ ਲਿਟਰੇਚਰ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਵੱਲੋਂ ਆਪ ਜੀ ਨੂੰ ਸਨਮਾਨ ਸਹਿਤ ਦਿੱਤੀ ਗਈ। ਇਸੇ ਤਰ੍ਹਾਂ ਰਚਨਾਵਾਂ ਦੇ ਖੇਤਰ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਅੰਮ੍ਰਿਤਾ ਪ੍ਰੀਤਮ ਜੀ ਨੇ ਕਵਿਤਾ, ਨਾਵਲ, ਕਹਾਣੀ, ਸਫ਼ਰਨਾਮਾ, ਸਵੈ ਜੀਵਨੀ, ਲੇਖ ਆਦਿ ਸਾਹਿਤ ਰੂਪ ਰਚੇ। ਪਰੰਤੂ ਅੰਮ੍ਰਿਤਾ ਪ੍ਰੀਤਮ ਜੀ ਦੀ ਜਿਹੜੀ ਪ੍ਰਸਿੱਧੀ ਹੈ ਪੰਜਾਬੀ ਜਗਤ ਦੇ ਵਿੱਚ, ਉਹ ਇੱਕ ਕਵਿਤਰੀ ਦੇ ਰੂਪ ਵਿੱਚ ਹੋਈ ਹੈ। ਆਪ ਜੀ ਨੂੰ ਪੰਜਾਬ ਦੀ ਬੁਲਬੁਲ, ਪੰਜਾਬ ਦੀ ਔਰਤ ਦੀ ਆਵਾਜ਼ ਹੋਣ ਦਾ ਮਾਣ ਵੀ ਪ੍ਰਾਪਤ ਹੈ। ਜ਼ਿੰਦਗੀ ਅਤੇ ਕਵਿਤਾ ਅੰਮ੍ਰਿਤਾ ਪ੍ਰੀਤਮ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਮਿੱਕ ਹੈ। ਕਹਿਣ ਦਾ ਭਾਵ ਇਹ ਕਿ ਜਿਸ ਤਰ੍ਹਾਂ ਦੀ ਕਵਿਤਾ ਅੰਮ੍ਰਿਤਾ ਪ੍ਰੀਤਮ ਜੀ ਨੇ ਲਿਖੀ ਹੈ, ਉਹ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਾਣੀ ਹੈ, ਭੋਗੀ ਹੈ ਔਰ ਹੰਡਾਈ ਹੈ। ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੇ ਵਿੱਚੋਂ, ਜ਼ਿੰਦਗੀ ਦੇ ਸੱਚ 'ਚੋਂ ਨਿਕਲੀ ਕਵਿਤਾ ਅੰਮ੍ਰਿਤਾ ਪ੍ਰੀਤਮ ਜੀ ਦੀ ਕਵਿਤਾ ਹੈ। ਔਰ ਇਹਨਾਂ ਦੇ ਬਹੁਤ ਸਾਰੇ ਕਾਵਿ ਸੰਗ੍ਰਹਿ ਮਕਬੂਲ ਹੋਏ ਨੇ, ਜਿਨ੍ਹਾਂ ਵਿੱਚ ਠੰਡੀਆਂ ਕਰਨਾ, ਅੰਮ੍ਰਿਤ ਲਹਿਰਾਂ, ਉਹ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ਵਿੱਚ, ਸਾਂਝ ਦੀ ਲਾਲੀ, ਸਰਗੀ ਵੇਲਾ, ਸੁਨੇਹੜਾ, ਨਾਗਮਣੀ, ਕਾਗਜ਼ 'ਤੇ ਕੈਨਵਸ, ਕਾਗਜ਼ 'ਤੇ ਕੈਨਵਸ ਤੋਂ ਪਿੱਛੋਂ ਆਦਿ ਪ੍ਰਮੁੱਖ ਕਾਵਿ ਸੰਗ੍ਰਹਿ ਰਹੇ ਹਨ। ਔਰ ਅੰਮ੍ਰਿਤਾ ਪ੍ਰੀਤਮ ਜੀ ਦੀ ਜਿਹੜੀ ਜ਼ਿੰਦਗੀ ਦਾ ਸੱਚ ਹੈ, ਤੁਹਾਨੂੰ ਉਹਨਾਂ ਦੀ ਜ਼ੁਬਾਨੀ ਅਸੀਂ ਸੁਣਾਉਣਾ ਚਾਹਾਂਗੇ। ਕਿਤਾਬ ਸੋਤਾ ਰਹਾ, ਕਿਤਾਬੋ ਮੇ ਜਾਗਤਾ ਰਹਾ। ਮੈਂ ਬਹੁਤ ਛੋਟੀ ਥੀ, ਜਬ ਮਾਂ ਨਹੀਂ ਰਹੀ ਤੋ ਏਕ ਵਿਥਾ ਅਕਸ਼ਰੋ ਮੇ ਢਲਨੇ ਲਗੀ। ਪਿਤਾ ਵੀ ਨਹੀਂ ਗਏ ਤੋ ਲਗਾ ਯੇ ਜ਼ਿੰਦਗੀ ਇੱਕ ਰਾਤ ਥੀ, ਹਮ ਤੋ ਜਾਗਤੇ ਰਹੇ, ਕਿਸਮਤ ਕੋ ਨੀਂਦ ਆ ਗਈ। ਸੋ ਇਹ ਅੰਮ੍ਰਿਤਾ ਪ੍ਰੀਤਮ ਜੀ ਦੀ ਬਚਪਨ ਦੇ ਵਿੱਚ ਹੀ ਵੱਡੀਆਂ ਜ਼ਿੰਮੇਵਾਰੀਆਂ ਵਾਲੀ ਜ਼ਿੰਦਗੀ ਸੀ। ਮਾਂ ਬਾਪ ਦੀ ਬਚਪਨ ਦੇ ਵਿੱਚ ਮੌਤ ਹੋ ਜਾਣੀ, ਔਰ ਬਚਪਨ 'ਚ ਹੀ ਸਿਆਣਪ ਆ ਜਾਣੀ, ਉਹਦੇ ਵਿੱਚੋਂ ਇਹਨਾਂ ਦੇ ਜੀਵਨ ਦੇ ਵਿੱਚੋਂ ਨਿਕਲਦੀ ਹੈ ਇਹਨਾਂ ਦੀ ਕਵਿਤਾ। ਸੋ ਬਹੁਤ ਸਾਰੇ ਮਾਣ ਸਨਮਾਨ ਅੰਮ੍ਰਿਤਾ ਪ੍ਰੀਤਮ ਜੀ ਨੂੰ ਹਾਸਲ ਹੋਏ ਨੇ। ਭਾਰਤੀ ਸਾਹਿਤ ਅਕਾਦਮੀ ਅਵਾਰਡ 1956 'ਚ ਸੁਨਿਹੜੇ ਕਾਵਿ ਸੰਗ੍ਰਹਿ ਨੂੰ ਮਿਲਿਆ, ਔਰ ਪਹਿਲੀ ਭਾਰਤੀ ਔਰਤ ਸਨ ਜਿਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਹ ਵੱਡਾ ਪੁਰਸਕਾਰ ਮਿਲਿਆ। ਇਸੇ ਤਰ੍ਹਾਂ ਹੀ ਪੰਜਾਬ ਰਤਨ ਅਵਾਰਡ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ। ਪਦਮ ਸ਼੍ਰੀ ਦੀ ਉਪਾਧੀ 1968 ਈਸਵੀ ਨੂੰ ਮਿਲੀ, ਔਰ ਗਿਆਨਪੀਠ ਪੁਰਸਕਾਰ ਜਿਹੜਾ ਕਿ ਭਾਰਤੀ ਸਾਹਿਤ ਦੇ ਵਿੱਚ ਬਹੁਤ ਵੱਡਾ ਪੁਰਸਕਾਰ ਹੈ, 1982 ਈਸਵੀ ਵਿੱਚ ਕਾਗਜ਼ 'ਤੇ ਕੈਨਵਸ ਕਾਵਿ ਸੰਗ੍ਰਹਿ ਨੂੰ ਮਿਲਿਆ। ਡੀ ਲਿਟ ਦੀ ਆਨਰੇਰੀ ਡਿਗਰੀ ਵੀ ਅੰਮ੍ਰਿਤਾ ਪ੍ਰੀਤਮ ਜੀ ਨੂੰ ਜਿਹੜੀ ਹੈ ਉਹ ਮਿਲੀ। ਪਦਮ ਭੂਸ਼ਣ ਦਾ ਅਵਾਰਡ ਸਨਮਾਨ 2004 ਦੇ ਵਿੱਚ ਅੰਮ੍ਰਿਤਾ ਪ੍ਰੀਤਮ ਜੀ ਨੂੰ ਪ੍ਰਾਪਤ ਹੋਇਆ। ਸੋ ਜਦੋਂ ਅਸੀਂ ਅੰਮ੍ਰਿਤਾ ਪ੍ਰੀਤਮ ਜੀ ਦੀ ਰਚਨਾ ਦੀ ਗੱਲ ਕਰਦੇ ਹਾਂ ਤਾਂ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਵਾਰਿਸ ਸ਼ਾਹ ਕਵਿਤਾ ਉਹਨਾਂ ਦੀ ਸ਼ਾਹਕਾਰ ਕਵਿਤਾ ਰਹੀ ਹੈ, ਔਰ ਕਿਹਾ ਜਾਂਦਾ ਕਿ ਇਹ ਬੱਚੇ ਬੱਚੇ ਦੀ, ਬੁੱਢੇ ਬੁੱਢੇ ਦੀ, ਜਵਾਨ ਜਵਾਨ ਦੀ
ਜ਼ਬਾਨ 'ਤੇ ਰਹੀ ਕਵਿਤਾ ਹੈ, ਬਹੁਤ ਮਕਬੂ ਅਤੇ ਹਰਮਨ ਪਿਆਰੀ ਕਵਿਤਾ ਰਹੀ ਹੈ। ਔਰ ਇਸ ਕਵਿਤਾ ਨੂੰ ਇਹਦੇ ਵਿਸ਼ਲੇਸ਼ਣ ਤੋਂ ਪਹਿਲਾਂ, ਇਸ ਕਵਿਤਾ 'ਤੇ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਅਸੀਂ ਅੰਮ੍ਰਿਤਾ ਪ੍ਰੀਤਮ ਜੀ ਦੇ ਆਪਣੇ ਜੀਵਨ ਸੱਚ ਦੇ ਵਿੱਚੋਂ ਉਹਨਾਂ ਦੇ ਬੋਲਾਂ ਦੇ ਰਾਹੀਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਵਾਰਿਸ ਸ਼ਾਹ ਕਵਿਤਾ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਵਾਰਿਸ ਸ਼ਾਹ ਆਜ ਤੁਸੇ ਮੁਖਾਤਿਬ ਹੂੰ, ਉਠੋ ਕਬਰ ਮੇਂ ਸੇ ਬੋਲੋ ਔਰ ਮੁਹੱਬਤ ਕੀ ਕਿਤਾਬ ਕਾ ਨਿਆ ਵਰਕ ਖੋਲੋ, ਇਨਸਾਨੀਅਤ ਕੀ ਕਿਤਾਬ ਕਾ, ਲੋਹੋਂ ਕੇ ਦੁੱਖ ਦਰਦ ਕੀ ਕਿਤਾਬ ਕਾ। ਜਬ ਪੰਜਾਬ ਮੇਂ ਏਕ ਬੇਟੀ ਰੋਈ ਥੀ ਵਾਰਿਸ ਸ਼ਾਹ, ਤੁਮਨੇ ਉਸਕੀ ਦਾਸਤਾਨ ਲਿਖੀ, ਹੀਰ ਕੀ ਦਾਸਤਾਨ। ਆਜ ਤੋ ਲਾਖੋਂ ਬੇਟੀਆਂ ਰੋ ਰਹੀ ਹੈ, ਵਾਰਿਸ ਸ਼ਾਹ ਤੁਮਸੇ ਕਹਿਤੀ ਹੈ, ਉਠੋ ਕਬਰ ਮੇਂ ਸੇ ਬੋਲੋ। ਇਸ ਵਿੱਚ ਇੱਕ ਬਹੁਤ ਵੱਡੀ ਪੀੜਾ ਹੈ। 1947 ਦੀ ਜਿਹੜੀ ਦੇਸ਼ ਵੰਡ ਹੋਈ ਹੈ ਉਸ ਦੇ ਵਿੱਚ ਜਿਹੜਾ ਕਤਲੇਆਮ, ਲੁੱਟ ਕਸੁੱਟ, ਧੀਆਂ ਦੀ, ਔਰਤਾਂ ਦੀ ਬੇਪਤੀ ਹੋਈ ਹੈ, ਉਜਾੜਾ ਹੋਇਆ ਹੈ, ਉਸ ਦਾ ਜਿਹੜਾ ਸੰਤਾਪ ਹੈ ਇਸ ਕਵਿਤਾ 'ਚ ਉਹਨਾਂ ਨੇ ਬਿਆਨ ਕੀਤਾ ਹੈ। ਔਰ ਵਾਰਿਸ ਸ਼ਾਹ ਨੂੰ ਸੰਬੋਧਨ ਕੀਤਾ ਹੈ ਕਿ ਜਿਸ ਤਰ੍ਹਾਂ ਹੀਰ ਦੇ ਰਾਹੀਂ ਪਿਆਰ ਦਾ ਸੁਨੇਹਾ ਦਿੱਤਾ ਸੀ, ਉਸੇ ਤਰ੍ਹਾਂ ਹੀ ਅੱਜ ਇੱਕ ਨਵਾਂ ਇਨਸਾਨੀਅਤ ਦੇ ਪਿਆਰ ਦੇ ਸੁਨੇਹੇ ਦੀ ਲੋੜ ਹੈ ਜਿਹੜਾ ਕਿ ਇਸ ਨਫ਼ਰਤ ਦੇ ਬੀਜ ਨੂੰ ਘੱਟ ਕਰ ਸਕਦਾ। ਆਓ ਅਸੀਂ ਇੱਕ ਸੰਗੀਤਕ ਪੇਸ਼ਕਾਰੀ ਇਸ ਵਾਰਿਸ ਸ਼ਾਹ ਕਵਿਤਾ ਦੀ ਸੁਣੀਏ। Thank you.
ਪਿਆਰੇ ਵਿਦਿਆਰਥੀਓ, ਤੁਸੀਂ ਇਸ ਕਵਿਤਾ ਦੇ ਵਿੱਚ ਦੇਖਿਆ ਵੀ ਹੈ, ਸੁਣਿਆ ਵੀ ਹੈ, ਇੱਕ ਦੁੱਖ ਹੈ, ਇੱਕ ਸੰਤਾਪ ਹੈ 1947 ਦੀ ਜਿਹੜੀ ਦੇਸ਼ ਵੰਡ ਹੋਈ ਹੈ। ਸੋ ਇਸ ਕਵਿਤਾ ਦਾ ਜਿਹੜਾ ਮੁੱਖ ਵਿਸ਼ਾ ਹੈ ਉਹ 1947 ਦੀ ਦੇਸ਼ ਵੰਡ ਦਾ ਸੰਤਾਪ ਹੈ। ਔਰ ਇਸ ਕਵਿਤਾ ਦੇ ਵਿੱਚ 47 ਦੀ ਜਿਹੜੀ ਦੇਸ਼ ਵੰਡ ਹੋਈ ਹੈ ਉਹਦੇ ਕਾਰਨ ਪੰਜਾਬ ਦਾ ਜਿਹੜਾ ਉਜਾੜਾ ਹੋਇਆ, ਇੱਥੇ ਕਤਲੇਆਮ ਹੋਇਆ, ਲੁੱਟ ਖਸੁੱਟ ਹੋਈ, ਆਪਸੀ ਨਫ਼ਰਤ ਪੈਦਾ ਹੋਈ, ਵੈਰ ਵਿਰੋਧ ਅਤੇ ਈਰਖਾ ਪੈਦਾ ਹੋਈ, ਉਹਦਾ ਦੁਖਾਂਤ ਇਸ ਕਵਿਤਾ ਦਾ ਮੁੱਖ ਵਿਸ਼ਾ ਹੈ। ਔਰ ਕਵਿਤਰੀ ਨੇ ਇਸ ਕਵਿਤਾ 'ਚ ਬਿਆਨ ਕੀ ਕੀਤਾ ਹੈ ਕਿ ਇਸ ਸਾਰੇ ਦੁਖਾਂਤ ਦੇ ਪਿੱਛੇ ਜਿਹੜੇ ਨਾਗਾਂ ਦੀ ਗੱਲ ਕੀਤੀ ਹੈ, ਮੌਕਾ ਪ੍ਰਸਤਾਂ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ ਇਸ ਪੰਜਾਬ ਦੇ ਵਿੱਚ, ਇਸ ਦੇਸ਼ ਦੇ ਵਿੱਚ ਨਫ਼ਰਤ ਫੈਲਾਈ, ਉਹਨਾਂ ਦੇ ਨਫ਼ਰਤ ਦੇ ਜ਼ਹਿਰ ਕਾਰਨ ਇਹ ਸਾਰਾ ਦੁਖਾਂਤ ਵਾਪਰਦਾ ਹੈ, ਉਹਨਾਂ ਪ੍ਰਤੀ ਵੀ ਇੱਕ ਰੋਸ ਪ੍ਰਗਟ ਕੀਤਾ ਹੈ। ਔਰ ਕਵਿਤਰੀ ਨੇ ਹੀਰ ਦੇ ਕਿੱਸੇ ਰਾਹੀਂ ਪੰਜਾਬ ਦੇ ਵਿੱਚ ਔਰਤ ਦੇ ਹੱਕ ਵਿੱਚ ਪ੍ਰੀਤ ਦਾ ਸੁਨੇਹਾ ਦੇਣ ਵਾਲੇ ਸ਼ਾਇਰ ਵਾਰਿਸ ਸ਼ਾਹ ਨੂੰ ਸੰਬੋਧਨ ਕੀਤਾ ਹੈ ਕਿ ਕਬਰਾਂ 'ਚੋਂ ਇਨਸਾਨੀ ਪ੍ਰੇਮ ਦਾ ਸੁਨੇਹਾ ਦੇਣ ਦੀ ਦੁਹਾਈ ਪਾਉਂਦੀ ਹੈ, ਕਿ ਕਬਰਾਂ ਦੇ ਵਿੱਚੋਂ ਹੀ ਇਹ ਸਾਡਾ ਸ਼ਾਇਰ ਕਿਤੇ ਉੱਠੇ ਅਤੇ ਫਿਰ ਤੋਂ ਵਤਨ ਦੇ ਮੋਹ ਦਾ, ਇਨਸਾਨੀਅਤ ਦੇ ਮੋਹ ਦਾ ਇੱਕ ਇਹਨਾਂ ਲੋਕਾਂ ਨੂੰ, ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਸੁਨੇਹਾ ਦੇਣ, ਤਾਂ ਕਿ ਨਫ਼ਰਤ ਦਾ ਜ਼ਹਿਰ ਇਹਨਾਂ ਵਿੱਚੋਂ ਖਤਮ ਹੋਵੇ ਅਤੇ ਇਹੋ ਜਿਹਾ ਦੁਖਾਂਤ ਕਦੇ ਵੀ ਵਾਪਰੇ ਨਾ। ਔਰ ਕਵਿਤਰੀ ਅਨੁਸਾਰ ਇਸ ਕਵਿਤਾ ਦੇ ਵਿੱਚ ਜਿਹੜਾ ਮੁੱਖ ਨੁਕਤਾ ਆ ਉਹ ਹੈ ਕਿ ਨਫ਼ਰਤ ਨੂੰ ਜੇਕਰ ਖਤਮ ਕਰਨਾ ਅਤੇ ਪਿਆਰ ਦੇ ਰਾਹੀਂ ਖਤਮ ਕੀਤਾ ਜਾ ਸਕਦਾ। ਔਰ ਇਸ ਕਵਿਤਾ ਦੇ ਵਿੱਚ ਇੱਕ ਤਿੱਖਾ ਵਿਅੰਗ ਆ ਉਸ ਸਮੇਂ ਦੇ ਤਤਕਾਲੀ ਨਿਜ਼ਾਮ 'ਤੇ ਕਿ ਉਸ ਸਮੇਂ ਕੋਈ ਵੀ ਅਜਿਹਾ ਵਿਅਕਤੀ ਸਮਾਜ ਨੂੰ ਚਲਾਉਣ ਵਾਲਾ ਨਹੀਂ ਨਜ਼ਰ ਆਉਂਦਾ ਜਿਹੜਾ ਉਸ ਨਫ਼ਰਤ ਦੇ ਬੀਜ ਨੂੰ ਪਿਆਰ ਦੇ ਰਾਹੀਂ ਖਤਮ ਕਰਕੇ ਅਤੇ ਉਸ ਦੁਖਾਂਤ ਨੂੰ ਘਟਾ ਸਕਦਾ ਜਾਂ ਦੂਰ ਕਰ ਸਕਦਾ। ਇਸੇ ਕਰਕੇ ਵਾਰਿਸ ਸ਼ਾਹ ਨੂੰ ਕਵਿਤਰੀ ਮੁਖਾਤਬ ਸੰਬੋਧਨ ਹੁੰਦੀ ਹੈ, ਸੰਬੋਧਨ ਕਰਦੀ ਹੈ ਕਿ ਕਿਤੇ ਕਬਰਾਂ ਦੇ ਵਿੱਚੋਂ ਫਿਰ ਤੋਂ ਇੱਕ ਇਸ਼ਕ ਦਾ ਅਗਲਾ ਜਿਹੜਾ ਵਰਕਾ ਹੈ, ਅਗਲੀ ਇੱਕ ਹੀਰ ਦੀ ਪ੍ਰੀਤ ਸੀਗੀ, ਦੂਸਰੀ ਵਤਨ ਦੀ ਪ੍ਰੀਤ, ਇਨਸਾਨੀਅਤ ਦੀ ਪ੍ਰੀਤ ਦਾ ਸੁਨੇਹਾ ਲੈ ਕੇ ਫਿਰ ਤੋਂ ਉਹ ਸਾਡੇ ਦਰਮਿਆਨ ਆਉਣ। ਸੋ ਇਹ ਸੀ ਇਸ ਕਵਿਤਾ ਦਾ ਮੁੱਖ ਵਿਸ਼ਾ। ਔਰ ਅਸੀਂ ਆਸ ਕਰਦੇ ਹਾਂ ਕਿ ਇਹ ਕਵਿਤਾ ਜਿਹੜੀ ਹੈ ਤੁਹਾਡੀ ਰੂਹ ਤੱਕ ਇਸ ਵਿਸ਼ੇ ਨੂੰ ਦਿਖਾ ਕੇ, ਸੁਣਾ ਕੇ ਝੰਜੋੜਦੀ ਵੀ ਹੋਏਗੀ ਔਰ ਇਨਸਾਨੀਅਤ ਦੇ ਪ੍ਰੇਮ ਦਾ ਸੁਨੇਹਾ ਵੀ ਦਿੰਦੀ ਹੋਏਗੀ, ਤਾਂ ਕਿ ਇਸ ਤਰ੍ਹਾਂ ਦਾ ਦੁਖਾਂਤ ਕਦੇ ਵਾਪਰੇ ਨਾ। ਸੋ ਅਭਿਆਸ ਵਜੋਂ ਕੁਝ ਪ੍ਰਸ਼ਨ ਨੇ, ਅੰਮ੍ਰਿਤਾ ਪ੍ਰੀਤਮ ਦੀ ਕਿਸੇ ਇੱਕ ਕਵਿਤਾ ਦਾ ਨਾਂ ਦੱਸੋ ਔਰ ਵਾਰਿਸ ਸ਼ਾਹ ਹੇਠ ਲਿਖਿਆ 'ਚੋਂ ਕਿਹੜਾ ਕਾਵਿ ਸੰਗ੍ਰਹਿ ਅੰਮ੍ਰਿਤਾ ਪ੍ਰੀਤਮ ਨੇ ਲਿਖਿਆ? ਲੂਣਾ ਹੀਰ ਸੁਨੇਹੜੇ ਵਣ ਤ੍ਰਿਣ ਤੋਂ ਸੁਨੇਹੜੇ ਇਸ ਦਾ ਉੱਤਰ ਹੈ। ਅੰਮ੍ਰਿਤਾ ਪ੍ਰੀਤਮ ਦੀ ਕਿਸੇ ਇੱਕ ਕਵਿਤਾ ਦੀਆਂ 4 ਤੁਕਾਂ ਲਿਖੋ, ਉਹਦੇ ਵਿੱਚ ਤੁਸੀਂ ਸੁਣੀਆਂ ਵੀ ਹੈ। ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰੇ ਸ਼ਾਹ ਨੂੰ ਕਹਿਣ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।